ਲਓ ਜੀ ਮਹਾਰਾਜ ਦੀ ਕਿਰਪਾ ਨਾਲ ਅੱਜ ਅਸੀਂ ਇਹ ਬਹੁਤ ਹੀ ਵਧੀਆ ਟੂਰਿਸਟ ਪਲੇਸ ਹੈ ਆਪਾਂ ਯੈਸਪਰ ਦੇ ਵਿੱਚ ਆਏ ਹੋਏ ਹਾਂ। ਇੱਥੇ ਦੀ ਇੱਥੇ ਦੀ ਲੇਕ ਇੱਥੇ ਦੇ ਪਹਾੜੀ ਏਰੀਆ ਪਹਾੜ ਬਹੁਤ ਹੀ ਸ਼ਾਨਦਾਰ ਹੈ ਔਰ ਸਾਡੇ ਪ੍ਰਿੰਸ ਜੋਰਜ ਨਾਲੋਂ ਇੱਥੇ ਸਨੋ ਵੀ ਜ਼ਿਆਦਾ ਪੈਂਦੀ ਹੈ। ਕਮਾਲ ਸਾਡੀਆਂ ਚਿੜੀਆਂ ਵੀ ਇੱਥੇ ਭਾਲੂ ਦੇ ਖੇਡਾ ਬਣਾਇਆ ਇਹਦੇ ਪੁੱਤਾਂ ਨੇ। ਇਹ ਆਪਾਂ ਜੀ ਮੈਂ ਤੇ ਰੂਬਲ ਯੈਸਪਰ ਦੀਆਂ ਗਲੀਆਂ ਦੇ ਵਿੱਚ ਫਿਰ ਰਹੇ ਹਾਂ ਅਤੇ ਆ ਗੋਰੇ ਗੋਰੀਆਂ ਡਰਿੰਕ ਕਰ ਰਹੇ ਨੇ, ਕੋਈ ਕੁਛ ਖਾ ਰਿਹਾ ਕੋਈ ਕੁਛ ਖਾ ਰਿਹਾ। ਅਤੇ ਵੈਸੇ ਸਾਡੇ ਇੰਡੀਆ ਦੇ ਵਿੱਚ ਵੀ ਕੋਈ ਘੱਟ ਜਗ੍ਹਾ ਨਹੀਂ ਹੈ ਘੁੰਮਣ ਫਿਰਨ ਨੂੰ, ਪਰ ਇਹਨਾਂ ਲਈ ਇਹ ਵੀ ਬਹੁਤ ਵੱਡੀ ਗੱਲ ਹੈ। ਇੱਥੇ ਦੇਖਣ ਨੂੰ ਕੀ ਹੈ, ਸਿਰਫ ਪਾਰਕਾਂ ਔਰ ਕੁਛ ਝਰਨੇ, ਇੱਕ ਸਕਾਈ ਟ੍ਰੇਨ ਬਣਾਈ ਹੋਈ ਆ ਪਹਾੜ ਦੇ ਟੌਪ 'ਤੇ ਜਾਂਦੀ ਹੈ 5 ਕਿਲੋਮੀਟਰ ਦੀ ਹੈ ਅਤੇ ਬਾਕੀ ਆਹੀ ਕੁਛ ਹੈ। ਅਤੇ ਬਾਕੀ ਇਹ ਲੋਕ ਸਿਗਰਟਾਂ ਪੀਣ ਦੇ ਬਹੁਤ ਸ਼ੌਕੀਨ ਹੈ, ਦਾਰੂ ਪੀਣ ਦੇ ਤਾਂ ਹੈਗਾ ਹੀ ਹੈ। ਅਤੇ ਲਓ ਇਹ ਹੈਗਾ ਜੀ ਯੈਸਪਰ। ਯੈਸਪਰ ਦੁਨੀਆ ਦੇ ਨਕਸ਼ੇ ਦੇ ਉੱਪਰ ਯੂਟਿਊਬ 'ਤੇ ਅਗਰ ਕੱਢਿਆ ਜਾਵੇ ਤਾਂ ਇਸ ਯੈਸਪਰ ਦੀ ਬਹੁਤ ਧਾਂਕ ਹੈ, ਬੜੀ ਬੜੀ ਦੂਰ ਤੋਂ ਦੁਨੀਆ ਦੇਖਣ ਆਉਂਦੀ ਹੈ, ਪਰ ਸਾਨੂੰ ਤਾਂ ਇੱਥੇ ਕੁਛ ਨਹੀਂ ਦਿਖਿਆ। ਅਤੇ ਹਾਲ ਦੀ ਘੜੀ ਠੀਕ ਵੀ ਹੈ, ਠੰਡਾ ਹੈ, ਸਾਫ਼ ਸੁਥਰਾ ਮੌਸਮ ਹੈ, ਉਹ ਤਾਂ ਹਰ ਸਾਰੇ ਕੈਨੇਡਾ 'ਚ ਹੀ ਹੈ। ਆਹ ਦੇਖ ਲਓ ਜੀ ਇੱਥੇ ਸ਼ੋਪਾਂ ਜਿਹੜੀਆਂ ਹੈਗੀਆਂ, ਕੀ ਕੁਛ ਇੱਥੇ ਆ ਮੈਂ ਫਿਰ ਅਸਲੀ ਕੁੱਤਾ ਹੈ ਹੋਇਓ ਹੋਟਲ ਹੋਟਲ ਰੈਸਟੋਰੈਂਟ ਖਾਣ ਧਮਕਾਉਣ ਬਹੁਤ ਕੁਛ ਹੈ। ਇਹ ਹੈ ਜੀ ਯੈਸਪਰ ਦੀਆਂ ਗਲੀਆਂ, ਇੱਥੇ ਬੰਦੇ ਘੱਟ ਅਤੇ ਗੱਡੀਆਂ ਜ਼ਿਆਦਾ, ਟੋਪ ਟੋਪ ਦੀ ਗੱਡੀ ਮਰਸਡੀ ਬੈਨਸ ਬੁਪਾਡੀ ਲਿਮੋਜਿਨ ਫਲਾਣ ਧਮਕਾਉਣ ਵਾਲੇ ਡੋਗੀ। ਲੋਕ ਕੁੱਤੇ ਰੱਖਣ ਦੇ ਬਹੁਤ ਸ਼ੌਕੀਨ ਹੈ ਕਿਉਂਕਿ ਇਹਨਾਂ ਦੇ ਬੱਚੇ ਤਾਂ ਇਹਨਾਂ ਨੂੰ ਛੱਡ ਜਾਂਦੇ ਆ, ਫਿਰ ਕੁੱਤੇ ਸਹਾਰਾ ਰਹਿ ਜਾਂਦੇ, ਕੁੱਤੇ ਬਿੱਲੀਆਂ ਨਾਲ ਇਹ ਆਪਣੀ ਜ਼ਿੰਦਗੀ ਕੱਢਦੇ ਆ। ਅਤੇ ਕਈ ਲੋਕ ਜਿਹੜੇ ਸਰੀ ਤੋਂ ਵੈਨਕੂਵਰ ਤੋਂ ਆਉਂਦੇ ਆ ਉਹਨਾਂ ਲਈ ਇਹ ਵੀ ਜ਼ਿਆਦਾ ਵਧੀਆ, ਪਰ ਸਾਡਾ ਉਹ ਹੈ ਜੀ ਉੱਪਰ ਸਕਾਈ ਟ੍ਰੇਨ ਦੀ ਬਣੀ ਹੋਈ, ਉਹ ਸਕਾਈ ਟ੍ਰੇਨ ਦਾ ਏਰੀਆ ਬਣਿਆ, 5 ਕਿਲੋਮੀਟਰ ਦੀ ਰਾਈਡ ਜਾ ਕੇ ਉੱਥੇ ਜਾਂਦੇ ਆ। ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਲੋਕ ਸਰੀ ਤੋਂ ਵੈਨਕੂਵਰ ਤੋਂ ਇੱਥੇ ਆਉਂਦੇ ਆ ਪਾਰਕਾਂ ਪੂਰਕਾਂ ਦੇਖਣ, ਅਤੇ ਮਤਲਬ ਯੈਸਪਰ ਦੇ ਵਿੱਚ ਆਪਾਂ ਪ੍ਰਿੰਸ ਜੋਰਜ ਤੋਂ 6 ਘੰਟੇ ਦੀ ਡਰਾਈਵ ਕਰਕੇ 600 ਕਿਲੋਮੀਟਰ 'ਤੇ ਇੱਥੇ ਆਏ ਹਾਂ, ਪਰ ਸਾਡੇ ਪ੍ਰਿੰਸ ਜੋਰਜ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਵਧੀਆ ਪਾਰਕਾਂ ਆਏ, ਇੰਨੀਆਂ ਸੋਹਣੀਆਂ ਪਾਰਕਾਂ ਆਏ ਕਿ ਛੱਡ ਦਿਓ ਗੱਲਾਂ। ਹੁਣ ਜਿਹਨਾਂ ਨੇ ਪ੍ਰਿੰਸ ਜੋਰਜ ਨਹੀਂ ਦੇਖਿਆ ਉਹਨਾਂ ਲਈ ਇਹੀ ਬਹੁਤ ਵਧੀਆ, ਪਹਾੜ ਬਹੁਤ ਹੀ ਵਧੀਆ ਦੂਰੋਂ ਦੂਰ ਦੇ। ਉਹ ਦੇਖੋ ਜੀ ਹਲੇ ਵੀ ਇਹਨਾਂ ਪਹਾੜਾਂ 'ਤੇ ਸਨੋ ਪਈ ਹੋਈ ਆ, ਉਹ ਇਹ ਕਹਿਣ ਨੂੰ ਕੈਨੇਡਾ ਦੀਆਂ ਗਰਮੀਆਂ ਹੈ। ਕਰਦੇ ਉਹਨਾਂ ਨੂੰ ਫੋਨ ਤੋਂ ਕਿ ਆ ਜਾਓ। ਬੰਦੇ ਘੱਟ ਲੱਭਦੇ ਆ, ਕੁੱਤੇ ਜ਼ਿਆਦਾ ਇੱਥੇ, ਜ਼ਿਆਦਾਤਰ ਕੁੱਤੇ ਸਿਆਣਿਆਂ ਬੰਦਿਆਂ ਕੋਲ ਹੀ ਆ ਕਿਉਂਕਿ ਸਿਆਣੇ ਬੰਦਿਆਂ ਦੇ ਬੱਚੇ ਛੱਡ ਜਾਂਦੇ 18-20 ਸਾਲ ਤੋਂ ਬਾਅਦ। ਓਕੇ ਬਹੁਤ ਸ਼ਾਨਦਾਰ। ਉਹ ਦੇਖੋ ਜੀ ਹਲੇ ਵੀ ਉਹ ਸਾਹਮਣੇ ਪਹਾੜ 'ਤੇ ਸਨੋ ਪਈ ਹੋਈ ਹੈ।
ਬਹੁਤ ਮੂਵੀ ਬਣ ਗਈ ਹੈ। ਇੱਕ ਆਹ ਹੋਟਲ ਦਾ ਤੁਹਾਨੂੰ ਦਿਖਾ ਦੇਣਾ, ਆਹ ਹੋਟਲ ਹੈ ਜੀ ਸਾਹਮਣੇ, ਇੱਦਾਂ ਨਹੀਂ ਪਰਵਾਹ ਕਰੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਣਕਾਂ ਦੀ ਤਾਂ ਪਰਵਾਹ ਨਹੀਂ।